ਰਜਿੰਦਰ ਸਿੰਘ ਬੇਦੀ ਦੀ ਕਹਾਣੀ ਲਾਜਵੰਤੀ ਦਾ ਬਾਕੀ ਦਾ ਹਿੱਸਾ ਅਜੇ ਗੀਤ ਦੀ ਆਵਾਜ਼ ਲੋਕਾਂ ਦੇ ਕੰਨਾਂ 'ਚ ਗੂੰਜ ਰਹੀ ਸੀ ਹਲੇ ਦਿਨ ਵੀ ਨਹੀਂ ਸੀ ਚੜਿਆ ਤੇ ਮੁੱਲਾ ਸ਼ਕੂਰ ਦੇ ਮਕਾਨ ਨੰਬਰ 414 ਦੀ ਵਿਧਵਾ ਅਜੇ ਤੱਕ ਆਪਣੇ ਬਿਸਤਰੇ 'ਚ ਪਈ ਪਾਸੇ ਪਰਤ ਰਹੀ ਸੀ ਕਿ ਸੁੰਦਰ ਲਾਲ ਦੇ ਪਿੰਡ ਦਾ ਲਾਲਚੰਦ ਜਿਹਨੂੰ ਆਪਣਾ ਅਸਰ ਸੂਖ ਵਰਤ ਕੇ ਸੁੰਦਰ ਲਾਲ ਤੇ ਖਲੀਫਾ ਕਾਲਕਾ ਪ੍ਰਸ਼ਾਦ ਨੇ ਰਾਸ਼ਨ ਦਾ ਡਿਪੂ ਲੈ ਦਿੱਤਾ ਸੀ ਦੌੜਦਾ ਹੋਇਆ ਆਇਆ ਤੇ ਆਪਣੀ ਚਾਦਰ ਦੀ ਬੁੱਕਲ ਵਿੱਚੋਂ ਬਾਹਾਂ ਪਸਾਰਦਾ ਬੋਲਿਆ ਵਧਾਈ ਹੋਵੇ ਸੁੰਦਰ ਲਾਲਾ ਸੁੰਦਰ ਲਾਲ ਨੇ ਮਿੱਠਾ ਗੁੜ ਚਿਲਮਚ ਰੱਖਦਿਆਂ ਕਿਆ ਕਿਸ ਗੱਲ ਦੀ ਵਧਾਈ ਲਾਲਚੰਦਾ ਮੈਂ ਲਾਜੂ ਭਾਬੀ ਨੂੰ ਦੇਖਿਆ ਸੁੰਦਰ ਲਾਲ ਦੇ ਹੱਥੋਂ ਚਿਲਮ ਛੁੱਟ ਗਈ ਤੇ ਮਿੱਠਾ ਤਮਾਕੂ ਭੁਏ ਖਿਲਰ ਗਿਆ ਕਿੱਥੇ ਦੇਖਿਆ ਉਹਨੇ ਲਾਲਚੰਦ ਨੂੰ ਮੋਢਿਆਂ ਤੋਂ ਫੜ ਕੇ ਪੁੱਛਿਆ ਤੇ ਛੇਤੀ ਜਵਾਬ ਦੇਣ ਲਈ ਝੰਜੋੜਿਆ ਵਾਗੇ ਦੀ ਸਰਹੱਦ ਤੇ ਸੁੰਦਰ ਲਾਲ ਨੇ ਲਾਲ ਚੰਦ ਨੂੰ ਛੱਡ ਦਿੱਤਾ ਧੀਮਾ ਜਿਹਾ ਬੋਲਿਆ ਕੋਈ ਹੋਰ ਹੋਏਗੀ ਲਾਲ ਚੰਦ ਨੇ ਵਿਸ਼ਵਾਸ ਤੋਂ ਆਉਂਦੇ ਆ ਕਿ ਨਹੀਂ ਭਰਾ ਉਹ ਲਾਜਰੀ ਸੀ ਲਾਜੋ ਭਾਬੂ ਤੂੰ ਨ ਪਛਾਣਦਾ ਵੀ ਹੈ ਸੁੰਦਰ ਲਾਲ ਨੇ ਫਰਸ਼ ਉੱਤੇ ਡਿੱਗੇ ਮਿੱਠੇ ਤਮਾਕੂ ਨੂੰ ਚੁੱਕਦਿਆਂ ਤੇ ਹਥੇਲੀ ਉੱਤੇ ਮਲਦਿਆਂ ਹੋਇਆਂ ਪੁੱਛਿਆ ਸੀ ਤੇ ਰਸਾਲੂ ਦੀ ਚਿਲਮhooke ਤੋਂ ਲਾ ਲਈ ਸੀ ਤੇ ਬੋਲਿਆ ਸੀ ਭਲਾ ਕੀ ਪਛਾਣਾ ਹੈ ਉਹਦੀ ਇੱਕ ਤੰਦੋਲਾ ਗੋਦਨੀ ਨਾਲ ਬਣਵਾਈ ਨਕਲੀ ਤੇਲ ਠੋਡੀ ਤੇ ਤੇ ਦੂਜਾ ਗੱਲ ਤੇ ਹਾਂ 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 ਤੇ ਸੁੰਦਰ ਲਾਲ ਨੇ ਖੁਦ ਵੀ ਕਹਿਤਾ ਤੀਜਾ ਮੱਥੇ ਉੱਤੇ ਉਹ ਨਹੀਂ ਚਾਹੁੰਦਾ ਸੀ ਕਿ ਹੁਣ ਕੋਈ ਭੁਲੇਖਾ ਰਹਿ ਜਾਏ ਤੇ ਇੱਕਦਮ ਉਹਨੂੰ ਲਾਜਵੰਤੀ ਦੇ ਜਾਣੇ ਪਛਾਣੇ ਜਿਸਮ ਦੇ ਸਾਰੇ ਤੰਦੂਲੇ ਯਾਦ ਆ ਗਏ ਜਿਹੜੇ ਉਹਨੇ ਬਚਪਨੇ 'ਚ ਆਪਣੇ ਜਿਸਮ ਉੱਤੇ ਬਣਾ ਲਏ ਸਨ ਜਿਹੜੇ ਹਲਕੇ ਹਲਕੇ ਉਹਨਾਂ ਹਰੇ ਦਾਣਿਆਂ ਵਰਗੇ ਸਨ ਜਿਹੜੇ ਛੂਈ ਮੂਈ ਦੇ ਬੂਟੇ ਤੇ ਹੁੰਦੇ ਨੇ ਤੇ ਜਿਨ੍ਹਾਂ ਵੱਲ ਇਸ਼ਾਰਾ ਕਰਦੇ ਹੀ ਉਹ ਕੁਮਲਾਉਣ ਲੱਗਦਾ ਹੈ ਇਹ ਨਵੇਂ ਉਹਨਾਂ ਤੰਦੂਲਾਵਲ ਉੰਗਲ ਕਰਦੀ ਲਾਜੂ ਸ਼ਰਮਾ ਜਾਂਦੀ ਸੀ ਤੇ ਗੁਮ ਸਮਝੀ ਹੋ ਜਾਂਦੀ ਸੀ ਆਪਣੇ ਆਪ ਚ ਕਿਤੇ ਸਿਮਟ ਜਾਂਦੇ ਸੀ ਜਿਵੇਂ ਉਹਦੇ ਸਾਰੇ ਭੇਦ ਕਿਸੇ ਨੂੰ ਪਤਾ ਲੱਗ ਗਏ ਹੋਣ ਤੇ ਕਿਸੇ ਅਣਜਾਣ ਖਜ਼ਾਨੇ ਦੇ ਲੁੱਟੇ ਜਾਣ ਨਾਲ ਉਹ ਨੰਗਮਲੰਗ ਹੋ ਗਈ ਹੋਵੇ ਸੁੰਦਰ ਲਾਲ ਦਾ ਸਾਰਾ ਜਿਸਮ ਇਕਨ ਜਾਣੇ ਪੈ ਇਕਨ ਜਾਣੀ ਮੁਹੱਬਤ ਤੇ ਉਹਦੀ ਮੁਕੱਦਸ ਅਗ ਚ ਭੇਖਣ ਲੱਗਾ ਉਹਨੇ ਫੇਰ ਲਾਲਚੰਦ ਨੂੰ ਫੜ ਲਿਆ ਤੇ ਪੁੱਛਿਆ ਲਾਜੂ ਵਾਗੇ ਕਿਵੇਂ ਪਹੁੰਚ ਗਈ ਲਾਲ ਚੰਦ ਨੇ ਕਿਹਾ ਹਿੰਦ ਤੇ ਪਾਕਿਸਤਾਨ ਚ ਔਰਤਾਂ ਦਾ ਤਬਾਦਲਾ ਹੋ ਰਿਹਾ ਸੀ ਨਾ ਫਿਰ ਕੀ ਹੋਇਆ ਸੁੰਦਰ ਲਾਲ ਨੇ ਪੈਰਾਂ ਪੈਰਾਂ ਭਾਰ ਬੈਠਦੇ ਆ ਪੁੱਛਿਆ ਕੀ ਹੋਇਆ ਫਿਰ ਰਸਾਲੂ ਵੀ ਮੰਜੀ ਤੋਂ ਉੱਠ ਬੈਠਾ ਤੇ ਤਮਾਕੂ ਪੀਣ ਵਾਲਿਆਂ ਦੀ ਖਾਸ ਖੰਗ ਖੰਗਦਾ ਹੋਇਆ ਬੋਲਿਆ ਸੱਚੀ ਆ ਗਈ ਕਿ ਲਾਜਵੰਤੀ ਭਾਬੀ ਲਾਲ ਚੰਦ ਨੇ ਆਪਣੀ ਗੱਲ ਜਾਰੀ ਰੱਖਦੇ ਆ ਕਿਹਾ ਵਾਗੇ ਹੱਦ ਉਤੇ 16 ਔਰਤਾਂ ਪਾਕਿਸਤਾਨ ਨੇ ਦੇ ਦਿੱਤੀਆਂ ਤੇ ਉਹਦੇ ਬਦਲੇ 16 ਔਰਤਾਂ ਲੈ ਲਈਆਂ ਪਰ ਇਹ ਝਗੜਾ ਖੜਾ ਹੋ ਗਿਆ ਸਾਡੇ ਵਲੰਟੀਅਰ ਇਤਰਾਜ਼ ਕਰ ਰਹੇ ਸੀ ਵੀ ਤੁਸੀਂ ਜਿਹੜੀਆਂ ਔਰਤਾਂ ਦਿੱਤੀਆਂ ਉਹਨਾਂ ਚ ਪੱਕੀ ਉਮਰ ਦੀਆਂ ਬੁੱਢੀਆਂ ਤੇ ਬੇਕਾਰ ਔਰਤਾਂ ਵੱਧ ਐ ਤੇ ਇਸ ਤਰ੍ਹਾਂ ਤਨੀਚ ਭੀੜ ਇਕੱਠੀ ਹੋ ਗਈ ਉਸ ਵੇਲੇ ਉੱਧਰ ਦੇ ਵਲੰਟੀਅਰਾਂ ਨੇ ਲਾਜੋ ਭਾਬੀ ਨੂੰ ਦੇਖਦੇ ਹੋਏ ਕਿ ਤੁਸੀਂ ਇਹਨੂੰ ਬੁੱਢੀ ਕਹਿੰਦੇ ਹੋ ਦੇਖੋ ਦੇਖੋ ਜਿੰਨੀਆਂ ਔਰਤਾਂ ਤੁਸੀਂ ਦਿੱਤੀਆਂ ਤੇ ਉਹਨਾਂ ਵਿੱਚੋਂ ਇੱਕ ਵੀ ਬਰਾਬਰੀ ਕਰਦੀ ਜੇ ਇਹਦੀ ਤੇ ਉੱਥੇ ਲਾਜੋ ਭਾਬੀ ਸਾਰਿਆਂ ਦੀ ਨਜ਼ਰਾਂ ਦੇ ਸਾਹਮਣੇ ਆਪਣੀ ਤੁੰਦਲੇ ਛਪਾ ਰਹੀ ਸੀ ਫਿਰ ਝਗੜਾ ਵੱਧ ਗਿਆ ਦੋਵਾਂ ਨੇ ਆਪਣਾ ਆਪਣਾ maal ਵਾਪਸ ਲੈ ਲੈਣ ਦੀ ਠਾਨ ਲਈ ਮੈਂ ਰੋਲਾ ਪਾਇਆ ਲਾਜੋ ਲਾਜੋ ਭਾਬੀ ਪਰ ਸਾਡੀ ਫੌਜ ਦੇ ਸਪਾਈਆਂ ਨੇ ਮੈਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ ਤੇ ਲਾਲਚੰਦ ਆਪਣੀ ਕੋਹਣੀ ਵਿਖਾਉਣ ਲੱਗਾ ਜਿੱਥੇ ਇੱਕ ਛੋਟੀ ਵੱਜੀ ਸੀ ਰਸਾਲੂ ਨੇ ਤੇ ਨੇਕੀ RAM ਚੁੱਪਚਾ ਬੈਠੇ ਰਹੇ ਤੇ ਸੁੰਦਰ ਲਾਲ ਕਿਧਰੇ ਦੂਰ ਗਵਾਚ ਗਿਆ ਲਾਜੋ ਆਈ ਵੀ ਤੇ ਨਹੀਂ ਵੀ ਆਈ ਤੇ ਸੁੰਦਰ ਲਾਲ ਦੀ ਸ਼ਕਲ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਜਿਵੇਂ ਉਹ ਬੀਕਾ ਨੇੜ ਦਾ ਰੇਗਿਸਤਾਨ ਲੰਘ ਕੇ ਆਇਆ ਤੇ ਹੁਣ ਕਿਸੇ ਦਰਖਤ ਦੀ ਛਾਂ ਵਿੱਚ ਜੀਬ ਗੱਡੀ ਬੈਠਾ ਹੋਂਕ ਰਿਹਾ ਹੈ ਮੂੰਹੋਂ ਇੰਨਾ ਵੀ ਨਹੀਂ ਸੀ ਨਿਕਲ ਰਿਹਾ ਪਾਣੀ ਦੇ ਦਿਓ ਉਹਨੂੰ ਇੰਜ ਲੱਗਿਆ ਜਿਵੇਂ ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਅਦ ਵਾਲਾ ਤਸ਼ੱਦਦ ਅਜੇ ਤੱਕ ਜਾਰੀ ਹੈ ਸਿਰਫ ਉਹਦਾ ਰੂਪ ਬਦਲ ਗਿਆ ਹੁਣ ਲੋਕਾਂ 'ਚ ਪਹਿਲਾਂ ਜਿੰਨਾ ਮੋਹ ਪਿਆਰ ਵੀ ਨਹੀਂ ਰਿਹਾ ਕਿਸੇ ਨੂੰ ਪੁੱਛਦੇ ਸਾਂਬਰਵਾਲ ਚ ਲੈਣਾ ਸਿੰਘ ਰਹਿੰਦਾ ਸੀ ਤੇ ਉਹਦੀ ਭਾਬੀ ਬੰਦ ਤੋਂ ਤਾਂ ਉਹ ਝਟ ਕਹਿੰਦਾ ਮਰ ਗਏ ਤੇ ਇਸ ਪਿੱਛੋਂ ਮੌਤ ਤੇ ਉਹਦੇ ਸੋਗ ਤੋਂ ਬਿਲਕੁਲ ਸਖਣਾ ਅੱਗੇ ਟੁਰ ਜਾਂਦਾ ਇਸ ਨਾਲੋਂ ਵੀ ਇੱਕ ਕਦਮ ਅਗਾਹ ਬੜੇ ਠੰਡੇ ਦਿਲ ਨਾਲ ਵਪਾਰੀ ਲੋਕ ਇਨਸਾਨੀ ਮਾਲ ਇਨਸਾਨੀ ਮਾਸ ਦਾ ਵਪਾਰ ਤੇ ਉਹਦਾ ਵਟਾਂਦਰਾ ਕਰਨ ਲੱਗੇ ਹੋਏ ਸੀ ਜਿਵੇਂ ਪਸ਼ੂ ਖਰੀਦਣ ਵਾਲੇ ਕਿਸੇ ਮੱਝ ਜਾਂ ਗਾਂ ਦਾ ਮੂੰਹ ਖੋਲ ਕੇ ਉਹਦੇ ਦੰਦਾਂ ਤੋਂ ਉਹਦੀ ਉਮਰ ਦਾ ਅੰਦਾਜ਼ਾ ਲਾਉਂਦੇ ਨੇ ਹੁਣ ਉਹ ਵੀ ਉਹ ਜਵਾਨ ਔਰਤ ਦੇ ਰੂਪ ਉਹਦੇ ਨਿਖਾਰ ਉਹਦੇ ਸਭ ਤੋਂ ਪਿਆਰੇ ਪੇਂਦਾ ਉਹਦੇ ਤੰਦੂਲਾਂ ਦੀ ਖੁੱਲੇ ਅਨੁਮੋਹਸ਼ ਕਰਨ ਲੱਗ ਪਏ ਜੀ ਤਸ਼ੱद्दਦ ਹੁਣ ਵਪਾਰੀਆਂ ਦੀ ਨਸ ਨਸ਼ਟ ਵੱਸ ਚੁੱਕਿਆ ਹੈ ਪਹਿਲਾਂ ਮੰਡੀ ਚ ਮਾਲ ਵਿਕਦਾ ਸੀ ਦਲਾਲ ਲੋਕ ਹੱਥ ਮਿਲਾ ਕੇ ਉਸ ਤੇ ਰੁਮਾਲ ਪਾ ਲੈਂਦੇ ਇੰਜ ਗੁਪਤ ਗੱਲਬਾਤ ਕਰ ਲੈਂਦੇ ਇੰਜ ਰੁਮਾਲ ਹੀ ਉਂਗਲਾਂ ਦੇ ਇਸ਼ਾਰੇ ਨਾਲ ਸੌਦਾ ਹੋ ਜਾਂਦਾ ਸੀ ਹੁਣ ਗੁਪਤੀ ਵਾਲਾ ਰੁਮਾਲ ਵੀ ਨਹੀਂ ਸੀ ਰਿਹਾ ਤੇ ਸ਼ਰੇਆਮ ਸੌਦੇਬਾਜ਼ੀ ਹੋ ਰਹੀ ਸੀ ਜਿਵੇਂ ਲੋਕ ਵਪਾਰ ਦੇ ਅਸੂਲ ਹੀ ਭੁੱਲ ਗਏ ਹੁਣ ਇਹ ਸਾਰਾ ਲੈਣ ਦੇਣ ਇਹ ਸਾਰਾ ਕਾਰੋਬਾਰ ਪੁਰਾਣੇ ਜ਼ਮਾਨੇ ਦੀ ਦਾਸਤਾਨ ਜਾਪਦਾ ਸੀ ਜਿਸ ਚੌੜਤਾ ਦੀ ਖੁੱਲੀ ਖਰੀਦ ਵੇਚ ਦਾ ਕਿੱਸਾ ਬਿਆਨ ਕੀਤਾ ਜਾਂਦਾ ਪਾਰਖੂ ਨਾਂ ਅੰਗਣ ਤੇ ਨੰਗੀਆਂ ਔਰਤਾਂ ਦੇ ਸਾਹਮਣੇ ਖੜਾ ਉਹਨਾਂ ਦੇ ਜਿਸਮ ਟੋ ਟਾ ਕੇ ਦੇਖ ਰਿਹਾ ਜਦੋਂ ਕਿਸੇ ਔਰਤ ਦੇ ਜਿਸਮ ਚੁੰਗਲੀ ਖੋਪਦਾ ਤਾਂ ਉਸ ਜਗ੍ਹਾ ਹੀ ਕੋ ਗੁਲਾਬੀ ਟੋਇਆ ਪੈ ਜਾਂਦਾ ਤੇ ਉਹਦੇ ਇਰਦ-ਗਿਰਦ ਇੱਕ ਪੀਲਾ ਚੱਕਰ ਤੇ ਫਿਰ ਪੀਲਕ ਤੇ ਲਾਲੀ ਇੱਕ ਦੂਜੇ ਦਾ ਚੱਕਰ ਲਾਉਣ ਲਈ ਦੌੜਦੇ ਨੇ ਪਾਰਖੂ ਅੱਗੇ ਵਧ ਜਾਂਦਾ ਤੇ ਨਾ ਪਸੰਦ ਕੀਤੀ ਹੋਈ ਔਰਤ ਇਸ ਹਾਰ ਦੇ ਅਹਿਸਾਸ ਨਾਲ ਇੱਕ ਹੱਥ ਨਾਲ ਨੰਗੇਸ ਟੱਕਦੀ ਦੂਜੇ ਨਾਲ ਆਪਣਾ ਚਿਹਰਾ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਾਉਂਦੀ ਹੋਈ ਸਿਸਕਦੀ ਰਹਿੰਦੀ ਹੈ ਸੁੰਦਰ ਲਾਲ ਅੰਮ੍ਰਿਤਸਰ ਜਾਣ ਲਈ ਤਿਆਰੀਆਂ ਕਰ ਰਿਹਾ ਸੀ ਕਿ ਉਹਨੂੰ ਲਾਜੋ ਦੇ ਆਉਣ ਦੀ ਖਬਰ ਮਿਲੀ ਅਚਾਨਕ ਅਜਿਹੀ ਖਬਰ ਮਿਲ ਜਾਣ ਕਾਰਨ ਸੁੰਦਰ ਲਾਲ ਬੌਂਦਲ ਗਿਆ ਉਹਦਾ ਇੱਕ ਪੈਰ ਫੌਰਨ ਦਰਵਾਜ਼ੇ ਵੱਲ ਵਧਿਆ ਪਰ ਉਹਨੇ ਪਿੱਛਾਂ ਖਿੱਚ ਲਿਆ ਉਹਦਾ ਦਿਲ ਕਰ ਰਿਹਾ ਸੀ ਕਿ ਉਹ ਰੁੱਸ ਜਾਵੇ ਤੇ ਕਮੇਟੀ ਦੇ ਸਾਰੇ ਬੈਂਰਾ ਤੇ ਝੰਡਿਆਂ ਨੂੰ ਪਿਛਾ ਕੇ ਬੈਠ ਜਾਏ ਤੇ ਫਿਰ ਰੋਵੇ ਪਰ ਉੱਥੇ ਜਜ਼ਬਾਤ ਦਾ ਇਹ ਪ੍ਰਗਟਾਵਾ ਸੰਭਵ ਨਹੀਂ ਸੀ ਉਹਨੇ ਮਰਦਾਂ ਵਾਂਗ ਇਸ ਅੰਦਰੂਨੀ ਕਸ਼ਮਕਸ਼ ਦਾ ਮੁਕਾਬਲਾ ਕੀਤਾ ਤੇ ਆਪਣੇ ਪਿਆਰਾਂ ਨਾਲ ਕਰਮਾਂ ਗਿਣਦਾ ਹੋਇਆ ਚੌਂਕੀ ਕਲਾਂਵਲ ਤੁਰ ਪਿਆ ਕਿਉਂਕਿ ਉਹੀ ਉਹ ਜਗ੍ਹਾ ਸੀ ਜਿੱਥੇ ਅਪਹਰਣ ਕੀਤੀਆਂ ਔਰਤਾਂ ਦੀ ਡਿਲੀਵਰੀ ਕੀਤੀ ਜਾਂਦੀ ਸੀ ਹੁਣ ਲਾਜਵੰਤੀ ਸਾਹਮਣੇ ਖੜੀ ਸੀ ਤੇ ਇੱਕ ਪੈਰ ਵਸ ਕੰਬ ਰਹੀ ਸੀ ਉਹ ਸੁੰਦਰ ਲਾਲ ਨੂੰ ਜਿੰਨਾ ਜਾਣਦੀ ਸੀ ਉਹਦੇ ਸਿਵਾ ਕੋਈ ਨਹੀਂ ਸੀ ਜਾਣਦਾ ਉਹ ਪਹਿਲਾਂ ਹੀ ਉਸ ਨਾਲ ਅਜਿਹੇ ਸ਼ਲੋਕ ਕਰਦਾ ਸੀ ਤੇ ਹੁਣ ਜਦੋਂ ਇੱਕ ਹੋਪਰੇ ਮਰਦ ਨਾਲ ਜ਼ਿੰਦਗੀ ਦੇ ਦਿਨ ਬਿਤਾ ਕੇ ਆਈ ਹੈ ਤਾਂ ਪਤਾ ਨਹੀਂ ਕੀ ਕਰੇਗਾ ਸੁੰਦਰ ਲਾਲ ਨੇ ਲਾਜਵਲ ਦੇਖਿਆ ਉਸ ਖਾਲਸ ਇਸਲਾਮੀ ਤਰਜ਼ਾ ਲਾਲ ਦੁਪੱਟਾ ਲਿਆ ਹੋਇਆ ਸੀ ਤੇ ਖੱਬੀ ਬੁੱਕਲ ਮਾਰੀ ਸੀ ਆਦਤ ਅਨੁਸਾਰ ਸਿਰਫ ਆਦਤ ਅਨੁਸਾਰ ਦੂਜੀਆਂ ਔਰਤਾਂ ਨਾਲ ਘੋਲ ਮਿਲ ਜਾਣ ਤੇ ਅਖੀਰ ਆਪਣੇ ਸ਼ਿਕਾਰੀ ਦੇ ਫੰਦੇ ਚੋਂ ਭੱਜ ਜਾਣ ਦੀ ਆਸਾਨੀ ਕਰਕੇ ਸੀ ਤੇ ਉਹ ਸੁੰਦਰ ਲਾਲ ਬਾਰੇ ਇੰਨਾ ਜ਼ਿਆਦਾ ਸੋਚ ਰਹੀ ਸੀ ਕਿ ਉਹਨੂੰ ਕੱਪੜੇ ਬਦਲਣ ਜਾਂ ਦੁਪੱਟਾ ਠੀਕ ਕਰਕੇ ਲੈਣ ਦਾ ਧਿਆਨ ਵੀ ਨਹੀਂ ਸੀ ਰਿਹਾ ਉਹ ਹਿੰਦੂ ਤੇ ਮੁਸਲਮਾਨ ਦੀ ਸੱਭਿਆਤਾ ਦੀ ਬੁਨਿਆਦੀ ਫਰਕ ਸੱਜੀ ਬੁੱਕਲ ਤੇ ਖੱਬੀ ਬੁੱਕਲ 'ਚ ਫਰਕ ਕਰਨਾ ਵੀ ਭੁੱਲ ਗਈ ਸੀ। ਹੁਣ ਉਹ ਸੁੰਦਰ ਲਾਲ ਦੇ ਸਾਹਮਣੇ ਖੜੀ ਸੀ ਤੇ ਇੱਕ ਉਮੀਦ ਤੇ ਡਰ ਦੇ ਜਜ਼ਬੇ ਨਾਲ ਕੰਬ ਰਹੀ ਸੀ। ਸੁੰਦਰ ਲਾਲ ਨੂੰ ਤੱਕਾ ਜਿਹਾ ਲੱਗਿਆ। ਉਹਨੇ ਦੇਖਿਆ ਲਾਜਵੰਤੀ ਦਾ ਰੰਗ ਕੁਝ ਨਿਖਰਿਆ ਹੋਇਆ ਸੀ ਤੇ ਉਹ ਪਹਿਲਾਂ ਦੇ ਮੁਕਾਬਲੇ ਕੁਝ ਤੰਦਰੁਸਤ ਵੀ ਲੱਗ ਰਹੀ ਸੀ। ਨਹੀਂ ਉਹ ਮੋਟੀ ਹੋ ਗਈ ਸੀ। ਸੁੰਦਰ ਲਾਲ ਨੇ ਜੋ ਕੁਝ ਲਾਜੋ ਬਾਰੇ ਸੋਚਿਆ ਸੀ ਉਹ ਸਭ ਗਲਤ ਸੀ। ਉਹ ਸਮਝਦਾ ਸੀ ਦੁੱਖਾਂ ਨਾਲ ਕੁਲਦੀ ਰਹਿਣ ਕਰਕੇ ਲਾਜਵੰਤੀ ਬਿਲਕੁਲ ਮਰੀयल ਜੀ ਹੋ ਗਈ ਹੋएगी ਤੇ ਆਵਾਜ਼ ਉਹਦੇ ਮੂੰਹੋਂ ਕੱਢਿਆ ਨਹੀਂ ਨਿਕਲ ਰਹੀ ਹੋएगी ਇਸ ਖਿਆਲ ਨਾਲ ਕਿਉਂ ਪਾਕਿਸਤਾਨ ਜੋ ਬੜੀ ਖੁਸ਼ ਰਹੀ ਹੈ ਉਹਨੂੰ ਬੜੀ ਠੇਸ ਲੱਗੀ ਪਰ ਉਹ ਚੁੱਪ ਰਿਹਾ ਕਿਉਂਕਿ ਉਹਨੇ ਚੁੱਪ ਰਹਿਣ ਦੀ ਸੌਂ ਖਾਦੀ ਹੋਈ ਸੀ ਫਿਰ ਵੀ ਉਹ ਇਹ ਨਹੀਂ ਸੀ ਸਮਝ ਸਕਿਆ ਕਿ ਜੇ ਉਹ ਇੰਨੀ ਖੁਸ਼ ਸੀ ਤਾਂ ਵਾਪਸ ਕਿਉਂ ਆ ਗਈ ਉਹਨੇ ਸੋਚਿਆ ਸ਼ਾਇਦ ਇਹਨਾਂ ਸਰਕਾਰ ਦੇ ਦਬਾਅ ਕਾਰਨ ਉਹਨੂੰ ਆਪਣੀ ਮਰਜ਼ੀ ਦੇ ਖਿਲਾਫ ਇੱਥੇ ਆਉਣਾ ਪਿਆ ਹੋਵੇ ਪਰੀਕ ਚੀਜ਼ ਹੋਣੀ ਸੀ ਸਮਝ ਸਕਿਆ ਕਿ ਲਾਜਵੰਤੀ ਦੇ ਕਣਕ ਵਰਨੇ ਚਿਹਰੇ ਉੱਤੇ ਹੀ ਪੀਲਕ ਕਿਉਂ ਫਿਰੀ ਹੋਈ ਸੀ ਦੁੱਖ ਸਿਰਫ ਦੁੱਖਾਂ ਸਦਕਾ ਉਹਦੇ ਸਰੀਰ ਦੇ ਹੱਡਾਂ ਨੇ ਮਾਸ ਨੂੰ ਛੱਡ ਦਿੱਤਾ ਸੀ ਉਹ ਦੁੱਖਾਂ ਦੀ ਕਸਰਤ ਕਰ ਕਰਕੇ ਮੋਟੀ ਹੋ ਗਈ ਸੀ ਤੇ ਸਿਹਤਮੰਦ ਨਜ਼ਰ ਆਉਣ ਲੱਗ ਪਈ ਸੀ ਪਰ ਇਹ ਕਜਈ ਤੰਦਰੁਸਤੀ ਸੀ ਜਿਸ ਵਿੱਚ ਦੋ ਪੈਰ ਤੁਰਨ ਵਾਲੀ ਆਦਮੀ ਦਾ ਸਹੂ ਖੜ ਜਾਂਦਾ ਮੁੱਕ ਦੀ ਗੱਲ ਇਹ ਕਿ ਚਿਹਰੇ ਤੇ ਪਹਿਲੀ ਨਜ਼ਰ ਮਾਰਨ ਤੇ ਇਹ ਅਜੀਬ ਜਿਹਾ ਮਹਿਸੂਸ ਹੋਇਆ ਪਰ ਇਹਨਾਂ ਸਾਰੇ ਖਿਆਲਾਂ ਦਾ ਉਹਨੇ ਇੱਕ ਨਰ ਬੰਦੇ ਵਾਂਗ ਮੁਕਾਬਲਾ ਕੀਤਾ ਹੋਰ ਵੀ ਬਹੁਤ ਸਾਰੇ ਲੋਕ ਆਏ ਸਨ ਕਿਸੇ ਨੇ ਕਿਹਾ ਸੀ ਅਸੀਂ ਨਿੱਲ ਜਾਂਦੇ ਇਸ ਮੁਸਲਮਾਨਾਂ ਦੀ ਝੂਠ ਨੂੰ ਪਰ ਇਹ ਆਵਾਜ਼ ਰਸਾਲੂ ਨੀਕੀ ਰਾਮ ਦੇ ਚੌਕੀ ਦੇ ਬੁੱਢੇ ਮੁਹਰਰ ਦੇ ਨਾਹਰਿਆਂ ਹੇਟ ਨੱਪੀ ਗਈ ਤੇ ਗਵਾਚ ਗਈ ਸੀ ਉਹਨਾਂ ਸਾਰੀਆਂ ਆਵਾਜ਼ਾਂ 'ਚ ਇੱਕ ਕਾਲਕਾ ਪ੍ਰਸ਼ਾਦ ਦੀ ਪਾਟੀ ਤੇ ਚੀਕਵੀਂ ਜਿਹੀ ਆਵਾਜ਼ ਸੀ ਉਹ ਖੰਗ ਵੀ ਰਿਹਾ ਸੀ ਬੋਲੀ ਵੀ ਜਾ ਰਿਹਾ ਸੀ ਉਸ ਨਵੀਂ ਹਕੀਕਤ ਉਸ ਨਵੀਂ ਸ਼ੁੱਧੀ ਤੋਂ ਖਾਸਾ ਪ੍ਰਭਾਵਿਤ ਹੋਇਆ ਜਪਦਾ ਸੀ ਇੰਜ ਲੱਗਦਾ ਸੀ ਕਿ ਅੱਜ ਉਹਨੇ ਕੋਈ ਨਵਾਂ ਵੈਦ ਕੋਈ ਨਵਾਂ ਪੁਰਾਣ ਤੇ ਸ਼ਾਸਤਰ ਪੜ੍ਹ ਲਿਆ ਹੈ ਤੇ ਆਪਣੀ ਇਸ ਪ੍ਰਾਪਤੀ 'ਚ ਦੂਜਿਆਂ ਨੂੰ ਵੀ ਹਿੱਸੇਦਾਰ ਬਣਾਉਣਾ ਚਾਹੁੰਦਾ ਤੇ ਉਹਨਾਂ ਸਾਰੇ ਲੋਕਾਂ ਤੇ ਉਹਨਾਂ ਦੀਆਂ ਆਵਾਜ਼ਾਂ 'ਚ ਘਿਰੇ ਹੋਏ ਲੱਜੋ ਤੇ ਸੁੰਦਰ ਲਾਲ ਆਪਣੇ ਠਿਕਾਣੇ ਵੱਲ ਜਾ ਰਹੇ ਸਨ ਤੇ ਲੱਗਦਾ ਸੀ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਵਾਲੇ ਰਾਮਚੰਦਰ ਤੇ ਸੀਤਾ ਕਿਸੇ ਬੜੇ ਲੰਮੇ ਨੈਤਿਕ ਬਣਵਾਸ ਵਿੱਚੋਂ ਯੁੱਧਿਆ ਪਰਤ ਰਹੇ ਹੁਣ ਇੱਕ ਪਾਸੇ ਤਾਂ ਲੋਕ ਖੁਸ਼ੀ ਦੇ ਮਾਰੇ ਦੀਪਮਾਲਾ ਕਰ ਰਹੇ ਸਨ ਦੂਜੇ ਪਾਸੇ ਉਹਨਾਂ ਨੂੰ ਲੰਮੀ ਤਕਲੀਫ ਪਹੁੰਚਾਣ ਦਾ ਅਫਸੋਸ ਵੀ ਸੀ ਲਾਜਵੰਤੀ ਦੇ ਆ ਜਾਣ ਪਿੱਛੋਂ ਵੀ ਸੁੰਦਰ ਲਾਲ ਬਾਬੂ ਨੇ ਉਸੇ ਲਗਨ ਨਾਲ ਦਿਲ ਵਿੱਚ ਵਸਾਓ ਪ੍ਰੋਗਰਾਮ ਨੂੰ ਜਾਰੀ ਰੱਖਿਆ ਉਹਨੇ ਆਪਣੇ ਵਚਨ ਤੇ ਲਗਨ ਦੋਹਾਂ ਪੱਖਾਂ ਤੋਂ ਉਹਨੂੰ ਨਿਭਾਇਆ ਸੀ ਜਿਨ੍ਹਾਂ ਨੂੰ ਸੁੰਦਰ ਲਾਲ ਦੀਆਂ ਗੱਲਾਂ 'ਚ ਨਿਰੀ ਪੂਰੀ ਭਾਵੁਕਤਾ ਹੀ ਦਿਖਾਈ ਦਿੰਦੀ ਸੀ ਉਹ ਵੀ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਸਨ ਬਹੁਤੇ ਲੋਕਾਂ ਦੇ ਮਨ 'ਚ ਖੁਸ਼ੀ ਸੀ ਤੇ ਘੱਟ ਦੇ ਮਨਾਂ 'ਚ ਅਫਸੋਸ ਮਕਾਨ ਨੰਬਰ 414 ਵਾਲੀ ਵਿਧਵਾ ਦੇ ਇਲਾਵਾ ਮੁਹੱਲਾ ਮੁੱਲਾ ਸ਼ਕੂਰ ਦੀਆਂ ਬਹੁਤ ਸਾਰੀਆਂ ਔਰਤਾਂ ਸੋਸ਼ਲ ਵਰਕਰ ਸੁੰਦਰ ਲਾਲ ਬਾਉ ਦੇ ਘਰ ਆਉਣ ਤੋਂ ਕਬਰਾਉਂਦੀਆਂ ਸਨ ਪਰ ਸੁੰਦਰ ਲਾਲ ਬਾਉ ਨੂੰ ਕਿਸੇ ਦੀ ਖੁਸ਼ੀ ਜਾਂ ਨਾਰਾਜ਼ਗੀ ਦੀ ਪਰਵਾਹ ਨਹੀਂ ਸੀ ਉਹਦੇ ਦਿਲ ਦੀ ਰਾਣੀ ਆ ਚੁੱਕੀ ਸੀ ਤੇ ਉਹਦੇ ਅੰਦਰ ਲਪਾੜਾ ਪੜ ਚੁੱਕਿਆ ਸੀ ਸੁੰਦਰ ਲਾਲ ਨੇ ਲਾਜਵੰਤੀ ਦੀ ਸਵਰਨ ਮੂਰਤ ਨੂੰ ਆਪਣੇ ਮੰਦਿਰ ਚ ਸਥਾਪਿਤ ਕੀਤਾ ਹੋਇਆ ਸੀ ਤੇ ਖੁਦ ਦਰਵਾਜ਼ੇ ਤੇ ਬੈਠ ਕੇ ਉਹਦੀ ਰਾਖੀ ਕਰਦਾ ਰਿਹਾ ਸੀ ਲਾਜੋ ਜਿਹੜੀ ਪਹਿਲਾਂ ਡਰ ਸਦਕਾ ਸੇਮੀ ਰਹਿੰਦੀ ਸੀ ਸੁੰਦਰ ਲਾਲ ਦੇ ਆਸ ਤੋਂ ਉਲਟ ਨਰਮ ਬਤੀਰੇ ਨੂੰ ਵੇਖ ਕੇ ਹੌਲੀ ਹੌਲੀ ਖੁੱਲਣ ਲੱਗ ਪਈ ਸੁੰਦਰ ਲਾਲ ਹੁਣ ਲਾਜਵੰਤੀ ਨੂੰ ਲਾਜੋ ਕਹਿ ਕੇ ਨਹੀਂ ਸੀ ਬੁਲਾਉਂਦਾ ਉਹਨੂੰ ਦੇਵੀ ਕਹਿਣ ਲੱਗ ਪਿਆ ਸੀ ਉਹ ਕਿੰਨਾ ਚਾਹੁੰਦੀ ਸੀ ਕਿ ਸੁੰਦਰ ਲਾਲ ਨੂੰ ਆਪਣੀ ਸਾਰੀ ਕਹਾਣੀ ਸੁਣਾਵੇ ਤੇ ਸੁਣਾਉਂਦੀ ਹੋਈ ਇੰਜ ਰੋਵੇ ਕਿ ਉਹਦੇ ਸਾਰੇ ਪਾਪ ਧੋਤੇ ਜਾਣ ਪਰ ਸੁੰਦਰ ਲਾਲ ਲਾਜੂ ਦੀਆਂ ਉਹ ਗੱਲਾਂ ਸੁਣਨ ਤੋਂ ਪਰਹੇਜ਼ ਕਰਦਾ ਸੀ ਤੇ ਲਾਜੂ ਆਪਣੇ ਖੁੱਲ ਜਾਣ ਵਿੱਚ ਵੀ ਇੱਕ ਤਰ੍ਹਾਂ ਨਾਲ ਸੰਘੜਦੀ ਜਾ ਰਹੀ ਸੀ ਜਦੋਂ ਸੁੰਦਰ ਲਾਲ ਸੌਂ ਜਾਂਦਾ ਤਾਂ ਉਹਨੂੰ ਤੱਕਦੀ ਰਹਿੰਦੀ ਤੇ ਆਪਣੀ ਇਸ ਚੋਰੀ ਲਈ ਫੜੀ ਜਾਂਦੀ ਜਦੋਂ ਸੁੰਦਰ ਲਾਲ ਉਹਦਾ ਕਾਰਨ ਪੁੱਛਦਾ ਤਾਂ ਨਹੀਂ ਉਹ ਜੀ ਹੂੰ ਦੇ ਸਵਾਈ ਕੁਝ ਨਾ ਕਹਿੰਦੀ ਤੇ ਸਾਰੇ ਦਿਨ ਦਾ ਥੱਕਿਆ ਹੋਇਆ ਸੁੰਦਰ ਲਾਲ ਫੇਰ ਸੌਂ ਜਾਂਦਾ ਭਾਵੇਂ ਸ਼ੁਰੂ-ਸ਼ੁਰੂ 'ਚ ਇੱਕ ਵਾਰੀ ਸੁੰਦਰ ਲਾਲ ਨੇ ਲਾਜਵੰਤੀ ਦੇ ਕਾਲੇ ਦਿਨਾਂ ਬਾਰੇ ਸਿਰਫ ਇਨਾ ਪੁੱਛਿਆ ਸੀ ਕੌਣ ਸੀ ਲਾਜਵੰਤੀ ਨੇ ਨੀਵੀਂ પાਕੇ ਕਿਹਾ ਜਮਾਨ ਫਿਰ ਉਹ ਆਪਣੀਆਂ ਨਿਗਾਹਾਂ ਸੁੰਦਰ ਲਾਲ ਦੇ ਚਿਹਰੇ ਉੱਤੇ ਗੱਟ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਸੁੰਦਰ ਲਾਲ ਇੱਕ ਅਜੀਬ ਜੀਆਂ ਨਜ਼ਰਾਂ ਨਾਲ ਲਾਜਵੰਤੀ ਦੇ ਚਿਹਰੇ ਵੱਲ ਦੇਖ ਰਿਹਾ ਸੀ ਤੇ ਉਹਦੇ ਵਾਲਾਂ 'ਚ ਹੱਥ ਫੇਰ ਰਿਹਾ ਸੀ ਲਾਜਵੰਤੀ ਨੇ ਫਿਰ ਅੱਖਾਂ ਨੀਵੀਆਂ ਕਰ ਲਈਆਂ ਤੇ ਸੁੰਦਰ ਲਾਲ ਨੇ ਪੁੱਛਿਆ ਚੰਗਾ سلوਕ ਕਰਦਾ ਸੀ ਉਹ ਹਾਂ ਮਾਰਦਾ ਤਾਂ ਨਹੀਂ ਸੀ ਲਾਜਵੰਤੀ ਨੇ ਆਪਣਾ ਸਿਰ ਸੁੰਦਰ ਲਾਲ ਦੀ ਛਾਤੀ ਤੇ ਟਿਕਾਉਂਦੇ ਆ ਕਿਾ ਨਹੀਂ ਤੇ ਫਿਰ ਬੁੱਲੀ ਉਹ ਮਾਰਦਾ ਨਹੀਂ ਸੀ ਪਰ ਮੈਨੂੰ ਉਹ ਤੋਂ ਬੜਾ ਡਰ ਲੱਗਦਾ ਸੀ ਤੁਸੀਂ ਮੈਨੂੰ ਮਾਰਦੇ ਵੀ ਸੋ ਪਰ ਮੈਂ ਤੋ ਤੂੰ ਡਰਦੀ ਨਹੀਂ ਸੀ ਹੁਣ ਤਾਂ ਨਹੀਂ ਮਾਰੋਗੇ ਨਾ ਸੁੰਦਰ ਲਾਲ ਦੀਆਂ ਅੱਖਾਂ ਸੇਜਲ ਹੋ ਗਈਆਂ ਉਹਨੇ ਬੜੀ ਸ਼ਰਮਿੰਦਗੀ ਤੇ ਪਛਤਾਵੇ ਨਾਲ ਕਿਹਾ ਨਹੀਂ ਦੇਵੀ ਹੁਣ ਨਹੀਂ ਕਦੀ ਨਹੀਂ ਮਾਰਾਂਗਾ ਦੇਵੀ ਲਾਜਵੰਤੀ ਸੋਚਾਂ ਚ ਗਵਾਚ ਗਈ ਤੇ ਉਹਦੇ ਵੀ ਅਥਰੂ ਵਹਿ ਤੁਰੇ ਇਸ ਵਿੱਚੋਂ ਲਾਜਵੰਤੀ ਸਭ ਕੁਝ ਦੱਸ ਦੇਣਾ ਚਾਹੁੰਦੀ ਸੀ ਪਰ ਸੁੰਦਰ ਲਾਲ ਨੇ ਕਿਹਾ ਛੱਡ ਬੀਤੀਆਂ ਗੱਲਾਂ ਨੂੰ ਇਸ ਤੇਰਾ ਕੀ ਕਸੂਰ ਹੈ ਇਸ ਕਸੂਰ ਹੈ ਸਾਡੇ ਸਮਾਜ ਦਾ ਜਿਹੜਾ ਤੇਰੇ ਵਰਗੀਆਂ ਦੇਵੀਆਂ ਨੂੰ ਇੱਜ਼ਤ ਦੀ ਜਗ੍ਹਾ ਨਹੀਂ ਦਿੰਦਾ ਉਹ ਤੁਹਾਡੀ ਹਾਨੀ ਨਹੀਂ ਆਪਣੀ ਕਰਦਾ ਤੇ ਲਾਜਵੰਤੀ ਦੇ ਮਨ ਦੀਆਂ ਮੰਨ ਚ ਹੀ ਰਹਿ ਗਈਆਂ ਉਹ ਕਹਿ ਨਾ ਸਕੇ ਚੁੱਪਚਾਪ ਚਿਪਕੀ ਪਈ ਰਹੀ ਤੇ ਆਪਣੇ ਸਰੀਰ ਵੱਲ ਦੇਖਦੀ ਰਹੀ ਜਿਹੜਾ ਵੰਡ ਤੋਂ ਬਾਅਦ ਹੁਣ ਦੇਵੀ ਦਾ ਸਰੀਰ ਬਣ ਚੁੱਕਿਆ ਸੀ ਲਾਜਵੰਤੀ ਦਾ ਨਹੀਂ ਸੀ ਰਿਆ ਉਹ ਖੁਸ਼ ਸੀ ਬੜੀ ਖੁਸ਼ ਪਰ ਇਹ ਕਜਈ ਖੁਸ਼ੀ ਸੀ ਜਿਸ ਤੇ ਸ਼ੱਕ ਸੀ ਤੇ ਭਰਮ ਭਰੇ ਖੇ ਵੀ ਉਹ ਪਈ ਪਈ ਅਚਾਨਕ ਉੱਠ ਕੇ ਬੈਠ ਜਾਂਦੀ ਜਿਵੇਂ ਬਧੇਰੇ ਖੁਸ਼ੀ ਦੇ ਪਲਾਂ 'ਚ ਕੋਈ ਹਲਕਾ ਜਿਹਾ ਖੜਾਕ ਸੁਣ ਕੇ ਉੱਠ ਬੈਠਦਾ ਹੈ ਜਦੋਂ ਬਹੁਤ سارے ਦਿਨ ਬੀਤ ਗਏ ਖੁਸ਼ੀ ਦੀ ਜਗ੍ਹਾ ਪੂਰੇ ਸ਼ੱਕ ਨੇ ਲੈ ਲਈ ਇਸ ਲਈ ਨਹੀਂ ਕਿ ਸੁੰਦਰ ਲਾਲ ਬਾਉ ਨੇ ਫਿਰ ਉਹੀ ਬੱਦਸ ਲੋਕੀ ਸ਼ੁਰੂ ਕਰਤੀ ਸੀ ਬਲਕਿ ਇਸ ਲਈ ਕਿ ਉਹ ਲਾਜਵੰਤੀ ਨਾਲ ਬੜਾ ਹੀ ਵਧੀਆ ਸਲੂਕ ਕਰਨ ਲੱਗ ਪਿਆ ਸੀ ਅਜੇ ਆਸਲੂਕ ਜੀ ਦੀ ਲਾਜਵੰਤੀ ਨੂੰ ਆਸ ਨਹੀਂ ਸੀ ਸੁੰਦਰ ਲਾਲ ਨੇ ਉਹਨੂੰ ਮਹਿਸੂਸ ਕਰਵਾਇਆ ਸੀ ਕਿ ਲਾਜਵੰਤੀ ਕੱਚ ਦੀ ਕੋਈ ਸ਼ੈ ਹੈ ਜਿਹੜੀ ਛੂੰਹਦੇ ਹੀ ਟੁੱਟ ਜਾਏਗੀ ਤੇ ਲਾਜਵੰਤੀ ਸ਼ੀਸ਼ੇ 'ਚ ਆਪਣੇ ਆਪ ਨੂੰ ਸਿਰ ਤੋਂ ਪੈਰਾਂ ਤੱਕ ਦੇਖਦੀ ਤੇ ਆਖਰ ਇਸ ਨਤੀਜੇ ਤੇ ਪਹੁੰਚਦੀ ਕਿ ਉਹ ਹੋਰ ਤਾਂ ਸਭ ਕੁਝ ਹੋ ਸਕਦੀ ਹੈ ਪਰ ਲਾਜਵੰਤੀ ਨਹੀਂ ਹੋ ਸਕਦੀ ਉਹ ਵੱਸ ਗਈ ਪਰ ਉੱਜੜ ਗਈ ਸੁੰਦਰ ਲਾਲ ਕੋਲ ਉਹਦੇ ਹੰਝੂ ਦੇਖਣ ਲਈ ਅੱਖਾਂ ਨਹੀਂ ਤੇ ਹੋ ਕੇ ਸੁਣਨ ਲਈ ਕੰਨ ਨਹੀਂ ਪਰ ਬਾਤ ਫੇਰੀ ਨਿਕਲਦੀ ਰਹੀ ਤੇ ਮੁਹੱਲਾ ਮੁੱਲਾ ਸ਼ਕੂਰ ਦਾ ਸੁਧਾਰਕ ਰਸਾਲੂ ਤੇ ਨੇਕੀ RAM nal ਮਿਲ ਕੇ ਇੱਕੋ ਆਵਾਜ਼ੇ ਚ ਗਾਉਂਦਾ ਰਿਹਾ ਹੱਥ ਲਾਇਣ ਕੁਮਲਾਣ ਨੀ ਲਾਜਵੰਤੀ ਦੇ ਬੂਟੇ ਧੰਨਵਾਦ